ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਹੁਣ ਮੈਂ ਦੱਸਣ ਲੱਗਾ ਇਸ ਵਿੱਚ ਕਿ ਆਪਣੇ ਲੋਕ ਪੜ੍ਹਦੇ ਨੇ ਦੇਹ ਸ਼ਿਵਾ ਵਰ ਮੋਹੇ। ਅੱਛਾ, ਉਹਨੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੀ ਮਸ਼ਹੂਰ ਹੈਗੀ ਬਾਣੀ ਅਤੇ ਇਸ ਕਰਕੇ ਇਹਦਾ ਵੀ ਵਿਆਖਿਆ ਹੋ ਸਕਦੀ ਹੈਗੀ ਉਸੇ ਨਾਲ ਜਿਵੇਂ ਕਿ ਆਪਾਂ ਮਿੱਟੀ ਮੁਸਲਮਾਨ ਦੀ ਕੀਤੀ ਹੈਗੀ। ਅੱਛਾ, ਜਿਹੜਾ ਹੁੰਦਾ ਮਿੱਟੀ ਮੁਸਲਮਾਨ ਦੀ ਹੈਗੀ ਜਿੱਦਾਂ ਦੱਸਿਆ ਹੈਗਾ ਉਹ ਇਨਸਾਨ ਦੇ ਪੁੱਤਰ ਹੁੰਦੇ ਸ਼ਿਵ ਦੇ, ਜਿਹੜੇ ਸ਼ੈਤਾਨ ਦੇ ਪੁੱਤਰ ਹੁੰਦੇ ਉਹ ਨਹੀਂ ਮਿੱਟੀ ਮੁਸਲਮਾਨ ਦੀ ਹੁੰਦੀ। ਜਿਹੜੇ ਕਾਫਰ ਹੈਗੇ ਨੇ, ਜਿਹੜਾ ਸੱਚ ਨਹੀਂ ਬੋਲਦੇ, ਝੂਠ ਬੋਲਦੇ, ਦੂਏ ਦਾ ਮਾਲਕ ਹੁੰਦੇ ਕਾਫਰ ਹੈਗੇ ਨੇ, ਜਿਨ੍ਹਾਂ ਨੂੰ ਆਮ ਲੋਕ ਮੁਸਲਮਾਨ ਕਹਿੰਦੇ ਹਨ, ਇਹ ਉਹਨਾਂ ਦੀ ਮਿੱਟੀ ਨਹੀਂ ਮੁਸਲਮਾਨ ਬਣ ਸਕਦੀ, ਉਹ ਸ਼ੈਤਾਨ ਦੀ ਮਿੱਟੀ ਹੈਗੇ ਨੇ। ਕਿ ਜਿਹੜੇ ਇਨਸਾਨ ਦੇ ਪੁੱਤਰ ਸਨ ਉਹਨਾਂ ਨੂੰ ਇਹ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਕਿਹਾ, ਆਓ ਆਪਾਂ ਸ਼ੈਤਾਨ ਦੇ ਪੁੱਤਰਾਂ ਨਾਲ ਲੜੀਏ। ਅਤੇ ਇਸ ਕਰਕੇ ਜਿਹੜੇ ਇਸ ਚੀਜ਼ ਨੂੰ ਸਮਝਦੇ ਸਨ ਕਿ ਇਨਸਾਨ ਅਤੇ ਸ਼ੈਤਾਨ ਵਿੱਚ ਕੀ ਫਰਕ ਹੈਗਾ, ਉਹਨਾਂ ਨੇ ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ, ਜਿੱਦਾਂ ਕਿ ਪੀਰ ਬੁੱਧੂ ਸ਼ਾਹ ਨੇ ਕੀਤੀ ਸੀਗੀ। ਨਾਂ ਦਾ ਬੁੱਧੂ ਸੀ ਪਰ ਉਹ ਜਦੋਂ ਅਕਲ ਦਾ ਇੱਕ ਨੰਬਰ ਦਾ ਨਿਕਲਿਆ, ਉਹ ਕਿਵੇਂ ਕਿ ਜਦੋਂ ਆਪਣੇ ਉਹਨੇ ਪੁੱਤਰ ਕੁਰਬਾਨ ਕਰ ਦਿੱਤੇ ਅਤੇ ਹੋਰ ਆਪਣੇ ਜਿਹੜੇ ਸੀਗੇ ਉਹਦੇ ਮੁਰਸ਼ਦ ਉਹ ਕੁਰਬਾਨ ਕਰ ਦਿੱਤੇ ਅਤੇ ਸੱਚੇ ਪਾਤਸ਼ਾਹ ਨੇ ਗੋਬਿੰਦ ਸਿੰਘ ਜੀ ਨੇ ਕਿਹਾ, ਮੰਗ ਵੀ ਕੀ ਮੰਗਦਾ। ਅਤੇ ਉਦੋਂ ਸੱਚੇ ਪਾਤਸ਼ਾਹ ਆਪਣੇ ਕੇਸ ਵਾਹ ਰਹੇ ਸਨ ਅਤੇ ਕਹਿੰਦਾ, ਜੀ ਮੈਨੂੰ ਆਪਣਾ ਕੰਘਾ ਦੇ ਦਿਓ, ਕੇਸਾਂ ਸਮੇਤ ਜਿਹੜੇ ਵਿੱਚ ਵਾਲ ਹੈਗੇ ਇਹਦੇ ਸਮੇਤ ਦੇ ਦਿਓ ਮੈਨੂੰ, ਇਹ ਕੰਘਾ ਦੇ ਦਿਓ ਜੀ। ਅੱਛਾ, ਹੁਣ ਦੂਏ ਲੋਕ ਜਿਹੜੇ ਸੀਗੇ ਉਹ ਕਈ ਜ਼ਮੀਨਾਂ ਮੰਗਦੇ ਸੀਗੇ ਕਿ ਮੈਨੂੰ ਜੀ ਇੰਨੇ ਆ ਸ਼ਹਿਰ ਦਵਾ ਦਿਓ। ਉਹ ਕਹਿੰਦੇ ਸੀ ਵੀ ਘੋੜਾ ਫੇਰ ਲਾ, ਫਿਰ ਇਹਨੇ ਜ਼ਮੀਨ ਨਹੀਂ ਮੰਗੀ, ਇਹਨੇ ਕੋਈ ਦੁਨਿਆਵੀ ਚੀਜ਼ ਨਹੀਂ ਮੰਗੀ, ਇਹਨੇ ਰੂਹਾਨੀ ਚੀਜ਼ ਜਿਹੜੀ ਮੰਗੀ ਸੀ ਉਹ ਸਾਰਿਆਂ ਨਾਲ ਉੱਚੀ ਸੀਗੀ। ਆਪਣੇ ਕੇਸ ਸਿਰ ਉੱਤੇ ਹੁੰਦੇ ਹਨ ਅਤੇ ਸਿਰ ਦਾ ਜਿਹੜਾ ਹੁੰਦਾ ਜਿੱਦਾਂ ਪਗੜੀ ਸਿਰ 'ਤੇ ਹੁੰਦੀ ਇਹਦਾ ਮਾਣ ਹੁੰਦਾ ਹੈਗਾ। ਅਤੇ ਇਸ ਕਰਕੇ ਸਾਰਿਆਂ ਨੂੰ ਜਿਹੜੀ ਇੱਜ਼ਤ ਵਾਲੀ ਚੀਜ਼ ਹੁੰਦੀ ਹੈਗੀ ਜਾਂ ਜਿਹੜੀ ਮਾਣ ਵਾਲੀ ਚੀਜ਼ ਹੁੰਦੀ ਹੈਗੀ ਉਹ ਕੇਸ ਹੁੰਦੇ ਨੇ ਅਤੇ ਉਹ ਕੰਘਾ ਜਿਹੜੇ ਸੀਗਾ ਉਹਨਾਂ 'ਚ ਕੇਸਾਂ ਦੇ ਵਾਲ ਸਨ ਅਤੇ ਉਹ ਸਾਰਿਆਂ ਨਾਲ ਕੀਮਤੀ ਰੂਹਾਨੀ ਉਹਨੇ ਦਾਤ ਮੰਗੀ ਸੀਗੀ। ਅਤੇ ਇਸ ਕਰਕੇ ਨਾਂ ਦਾ ਬੁੱਧੂ ਅਤੇ ਲੈ ਗਿਆ ਸਾਰਿਆਂ ਨਾਲ ਨੂੰ ਟੋਪ ਦੀ ਰੂਹਾਨੀ ਦਾਤ। ਇਸ ਕਰਕੇ ਜਿਹੜੇ ਲੋਕ ਸਮਝਦੇ ਸਨ, ਜਿਹੜੇ ਇਨਸਾਨ ਦੇ ਪੁੱਤਰ ਸਨ, ਉਹਨਾਂ ਪਠਾਣਾਂ ਨੇ, ਹੋਰਾਂ ਕੌਮਾਂ ਦੇ ਲੋਕਾਂ ਨੇ, ਮੁਗਲਾਂ ਨੇ ਵੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਪਰ ਜਿਹੜੇ ਸ਼ੈਤਾਨਾਂ ਦੇ ਪੁੱਤਰ ਸਨ, ਕਾਫਰ ਸਨ, ਜਿਹੜੇ ਕਿ ਮੁੱਲਾ ਖੱਤਰੀ ਬਣੇ ਹੋਏ ਸੀ ਮੁੱਲਾ ਅਤੇ ਉਹਨਾਂ ਨੂੰ ਭੜਕਾਉਂਦੇ ਸਨ, ਯਾਦ ਰੱਖੋ ਇਹ ਕਲਯੁੱਗ ਖੱਤਰੀਆਂ ਦਾ ਯੁੱਗ ਹੈਗਾ ਅਤੇ ਖੱਤਰੀ ਇਸ ਕਲਯੁੱਗ ਵਿੱਚ ਇੱਕ ਨੰਬਰ 'ਤੇ ਸ਼ੈਤਾਨ ਹੁੰਦੇ ਨੇ ਦੁਨੀਆ 'ਚ। ਮਿਡਲ ਈਸਟ ਦਾ ਜੁੱਡਾ ਟ੍ਰਾਈਬ ਦੇ ਲੋਕਾਂ ਦਾ ਹੈਗਾ, ਉੱਥੇ ਦਾ ਸ਼ੈਤਾਨ ਜਿਹੜਾ ਸੀਗਾ ਜੁੱਡਾ ਐਸਕੈਰੀਓਟ, ਉਹ ਇੰਨਾ ਸ਼ੈਤਾਨ ਨਹੀਂ ਸੀਗਾ। ਉਹਨੂੰ ਜਦੋਂ ਅਖੀਰ 'ਤੇ ਸਤਿਗੁਰੂ ਜਾਂ ਕ੍ਰਾਈਸਟ ਜੀਜ਼ ਨੇ ਲੱਖ ਰਾਣਤ ਪਾਈ ਸੀਗੀ, ਉਹਨੇ ਜਾ ਕੇ ਜਦੋਂ ਉਹਨੂੰ ਜੀਜ਼ ਨੂੰ ਮਾਰਿਆ, ਉਹਨੇ ਖੁਦ ਹੀ ਖੁਦਕਦੀ ਕਰ ਲਈ ਅਤੇ ਉਹ ਜਿਹੜੇ ਪੈਸੇ ਲੈ ਸੀਗੇ 30 ਸਿੱਕੇ ਉਹ ਵਾਪਸ ਕਰ ਦਿੱਤੇ
ਕਿਉਂਕਿ ਉਹ ਬਲੱਡ ਮਨੀ ਬਣ ਗਈ ਸੀ। ਪਰ ਆਪਣੇ ਜਿਹੜੇ ਪੰਜਾਬ ਦੇ ਖੱਤਰੀ ਸੀਗੇ ਉਹ ਤਾਂ ਬਿਲਕੁਲ ਹੀ ਢੀਠ ਸਨ, ਜਿਵੇਂ ਕਿ ਪ੍ਰਿਥੀ ਚੰਦ ਸੀਗਾ। ਸਤਿਗੁਰੂ ਅਰਜਨ ਦੇਵ ਜੀ ਆਪਣੇ ਗਹਿਣੇ ਵੇਚ ਕੇ ਲੰਗਰ ਚਲਾਉਣ, ਉਹ ਆਪਣਾ ਠੂਠਾ ਮੋਹਰੇ ਕਰਕੇ ਅਤੇ ਉਗਰਾਹੀ ਕਰਕੇ ਘਰ ਨੂੰ ਦੌੜ ਜਾਵੇ। ਕੋਈ ਸ਼ਰਮ ਨਹੀਂ ਸੀ ਉਹਨਾਂ ਨੂੰ, ਅਤੇ 22 ਮੰਜੀਆਂ ਡਾਹ ਕੇ ਤਦੇ ਬਹਿ ਗਏ ਸੀਗੇ ਬਾਬਾ ਬਕਾਲੇ। ਇੰਨੇ ਬੇਸ਼ਰਮ ਸੀਗੇ ਲੋਕ, ਇਹ ਫਿਰ ਵੀ ਅੱਜ ਇਹ ਸਾਰਿਆਂ ਨਾਲ ਪ੍ਰਧਾਨ ਬਣੀ ਬੈਠੇ। ਹੁਣ ਇਹ ਖੱਤਰੀਆਂ ਦਾ ਯੁੱਗ ਹੈ, ਅਤੇ ਜਿਹੜਾ ਹੁਣ ਅਕਾਲ ਤਖ਼ਤ ਦਾ ਜਥੇਦਾਰ ਹੋਣਾ ਚਾਹੀਦਾ ਹੈਗਾ ਉਹ ਇੱਕ ਖੱਤਰੀ ਹੋਣਾ ਚਾਹੀਦਾ, ਨਾ ਕਿ ਅਰੋੜਾ। ਕਿਉਂ ਇਹ ਸਿਹਰਾ ਜਿਹੜਾ ਇਸ ਯੁੱਗ ਦਾ ਖੱਤਰੀਆਂ ਦੇ ਸਿਰ 'ਤੇ ਹੈਗਾ। ਅਤੇ ਦੇਖੀਏ ਹੋਰ ਥੋੜ੍ਹੇ ਸਮੇਂ ਵਿੱਚ ਜਦੋਂ ਕੋਈ ਤਬਦੀਲੀ ਹੋਈ ਤਾਂ ਇੱਕ ਅਰੋੜਾ ਦੀ ਬਜਾਏ ਖੱਤਰੀ ਆ ਜਾਏਗਾ। ਅਤੇ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਪਾਕਿਸਤਾਨ ਵਿੱਚ ਜਿਹੜਾ ਹੈੱਡ ਮੁੱਲਾ ਜਾਂ ਹੋਰ ਪ੍ਰਾਈਮ ਮਿਨਿਸਟਰ ਵਗੈਰਾ ਹੋਏ ਜਾਂ ਉਹ ਵੀ ਖੱਤਰੀ ਹੋਣਾ ਚਾਹੀਦਾ ਹੈਗਾ। ਜਿਹੜਾ ਕਿ ਮੁਹੰਮਦਨ ਬਣਿਆ ਉਹ ਸ਼ੇਖ ਹੋਏਗਾ। ਆਪਣੇ ਪਾਸੇ ਤਾਂ ਹੈਗਾ ਲਾਲਾ ਮਨਮੋਹਨ ਸਿੰਘ ਕੋਹਲੀ ਖੱਤਰੀ, ਪ੍ਰਾਈਮ ਮਿਨਿਸਟਰ ਬਣਿਆ ਹੋਇਆ। ਹੁਣ ਉੱਧਰ ਬਣਨਾ ਚਾਹੀਦਾ, ਫਿਰ ਇਹਨਾਂ ਦੀ ਜੁੱਤੀ ਪਤਾਂਗ ਹੋਏਗੀ ਅਤੇ ਐਟੋਮਿਕ ਵਾਰ ਲੱਗੇਗੀ। ਅਤੇ ਇਸ ਕਰਕੇ ਜਿਹੜੇ ਸੀਗੇ ਜਿਨ੍ਹਾਂ ਨੂੰ ਲੋਕਾਂ ਨੂੰ ਇਨਸਾਨੀਅਤ ਦਾ ਅਹਿਸਾਸ ਸੀਗਾ, ਜਿਨ੍ਹਾਂ ਦੇ ਉਹਨਾਂ ਨੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ, ਅਤੇ ਉਹ ਲੋਕ ਅਸਲ ਮੁਸਲਮਾਨ ਹੁੰਦੇ ਨੇ। ਅਤੇ ਖੱਤਰੀਆਂ ਨੇ ਇਹਨਾਂ ਨੂੰ ਭੜਕਾਇਆ ਸੀਗਾ ਜਿਹੜੇ ਮੁਗਲ। ਇਹ ਖੱਤਰੀ ਪੈਸੇ ਦੀ ਖਾਤਰ ਇਹਨਾਂ ਨੇ ਸਭ ਕੁਛ ਕੀਤਾ ਹੈਗਾ। ਅਤੇ ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜੇ ਖੱਤਰੀ ਹੈਗੇ ਨੇ ਪੈਸੇ ਦਾ ਹੁੰਦਿਆਂ ਸੁਣਦਿਆਂ ਵੀ ਫਿਰ ਵੀ ਇਹਨਾਂ ਦਾ ਜਿਹੜਾ ਢਿੱਡ ਨਹੀਂ ਭਰਦਾ। ਅਤੇ ਅਗਰ ਲਾਲਚ ਜਿਹੜਾ ਹੈਗਾ ਨਾ ਇਹਨਾਂ 'ਚ ਇੱਕ ਨੰਬਰ ਦਾ ਹੈਗਾ ਦੁਨੀਆ 'ਚ, ਇਹਨਾਂ ਵਰਗਾ ਲਾਲਚੀ ਆਦਮੀ ਤੁਹਾਨੂੰ ਕਿਤੇ ਹੀ ਮਿਲੇਗਾ। ਅਤੇ ਇਸ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਜਿਹੜੇ ਖਾਲਸੇ ਬਣੇ ਜਾਂ ਜਿਨ੍ਹਾਂ ਨੇ ਸਾਥ ਦਿੱਤਾ ਉਹ ਸਾਰੇ ਸਾਫ ਦਿਲ ਦੇ ਲੋਕ ਸਨ, ਉਹਨਾਂ 'ਚ ਇਨਸਾਨੀਅਤ ਸੀਗੀ। ਅਤੇ ਜਿਹੜੇ 'ਚ ਇਨਸਾਨੀਅਤ ਨਹੀਂ ਸੀਗੀ ਉਹ ਸ਼ੈਤਾਨੀਅਤ ਸੀਗੀ। ਅਤੇ ਉਹਦੇ 'ਚ ਜਿਹੜਾ ਹੈਗਾ ਔਰੰਗਜ਼ੇਬ, ਤੁਸੀਂ ਦੇਖਿਆ ਹੈਗਾ ਕਿ ਕਿੱਡਾ ਸ਼ੈਤਾਨ ਸੀ, ਫਨੈਟਿਕ, ਕਿ ਜਦੋਂ ਰਾਮ ਰਾਏ ਉੱਥੇ ਉਹਨਾਂ ਨੂੰ ਆਪਣੇ ਮਿਰਾਕਲ ਦਿਖਾ ਲਏ ਅਤੇ ਉਹ ਇੰਪ੍ਰੈਸ ਨਹੀਂ ਹੋਇਆ। ਉਹ ਜਿਹੜੇ ਸੀਗੇ ਸ਼ੈਤਾਨ ਕਸ਼ਮੀਰ ਦੇ ਮੁੱਲਾ ਬਣੇ ਹੋਏ ਖੱਤਰੀ, ਉਹਨਾਂ ਨੇ ਉਹਦਾ ਮਖੌਲ ਉਡਾਇਆ। ਅਤੇ ਜਦੋਂ ਫਿਰ ਉਹਨਾਂ ਪੁੱਛਿਆ ਵੀ ਇਹ ਕੀ ਬਾਣੀ ਤੁਸੀਂ ਲਿਖੀ ਹੈ ਮਿੱਟੀ ਮੁਸਲਮਾਨ ਦੀ, ਅਤੇ ਫਿਰ ਉੱਥੇ ਉਹ ਛਿੜਕ ਗਿਆ ਕਿ ਇਹ ਜਿਹੜੇ ਹੈਗੇ ਨੇ ਕਸ਼ਮੀਰ ਦੇ ਖੱਤਰੀ ਹੈਗੇ ਨੇ, ਇਹਨਾਂ ਨੇ ਮਖੌਲ ਉਡਾਉਣਾ ਅਤੇ ਇਹਨਾਂ ਨੇ ਮੈਨੂੰ ਤੰਗ ਕਰਨਾ ਹੈਗਾ। ਉੱਥੇ ਫਿਰ ਆਪਣੀ ਬਾਣੀ ਬਦਲ ਗਿਆ, ਕਹਿੰਦਾ ਮਿੱਟੀ ਬੇਈਮਾਨ ਦੀ ਹੈਗਾ, ਮੁਸਲਮਾਨ ਦੀ ਨਹੀਂ ਹੈਗਾ। ਅਤੇ ਇਸ ਕਰਕੇ ਹਰ ਰਾਏ ਜੀ ਨੇ ਇਹਨੂੰ ਕਿਹਾ ਸੀ ਮੇਰੇ ਮੱਥੇ ਨਾਲ ਲੱਗੀ, ਯਾਨੀ ਕਿ ਭਾਵੇਂ ਕਿ ਉਦੋਂ ਔਰੰਗਜ਼ੇਬ ਇੰਨਾ ਫਨੈਟਿਕ ਅਤੇ ਤਵਸਵੀ ਸੀਗਾ, ਅਤੇ ਇਹਦੇ ਜਿਹੜੇ ਸੀਗੇ ਖੱਤਰੀ ਜਿਹੜੇ ਉਹਦੇ ਦਰਬਾਰ ਵਿੱਚ ਬੈਠੇ ਸਨ ਉਹ ਇੰਨੇ ਉਹਨੂੰ ਭੜਕਾਉਂਦੇ ਸਨ ਕਿ ਲੋਕ ਸਹਿਮੇ ਹੋਏ ਸਨ। ਇਸ ਲਈ ਜਿਵੇਂ ਦੱਸਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਦੋਂ ਸਪਨਾ ਸੀਸ ਦਿੱਤਾ ਉਦੋਂ ਤਿੰਨ ਹੀ ਸਿੱਖ ਨਾਲ ਗਏ ਸਨ, ਅਤੇ ਉਹ ਜਿਹੜੇ ਗਏ ਸਨ ਉਹ ਆਪਣਾ ਪੱਕਾ ਇਰਾਦਾ ਕਰਕੇ ਗਏ ਸੀ, ਆਪਣਾ ਸੀਸ ਤਲੀ 'ਤੇ ਧਰ ਕੇ ਗਏ ਸੀ, ਕਿਉਂਕਿ ਉਹ ਸੀਲਡ ਟੂ ਸਰਵ ਗੋਡ ਸਨ, ਉਹ ਥਿੜਕਣ ਵਾਲੇ ਨਹੀਂ ਸੀ, ਉਹ ਦਾਸ ਸਨ। ਜਿਹੜਾ ਸੀਲ ਟੂ ਸਰਵ ਗੋਡ ਹੋਵੇ ਜਾਂ ਨਿਰਮਲਾ ਸੰਤ ਹੋਵੇ ਉਹਨੂੰ ਦਾਸ ਕਹੀਦਾ ਹੈਗਾ।